ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਮੈਂ ਵੀ ਬਿਲਕੁਲ ਘੈਂਟ ਹਾਂ। ਤੇ ਮੈਂ ਅੱਜ ਦੀ ਵੀਡੀਓ 'ਚ ਗੱਲ ਕਰਨ ਲੱਗਾ ਵਾ ਸਰਪੰਚੀ ਬਾਰੇ। ਇਹ ਮਾੜਾ ਪਿੰਡ ਵਿਖਾਇਆ ਭਾਈ, ਸਾਰਾ ਪਿੰਡ ਕਰੀ ਵਿਖਾ ਦਿਓ ਇੱਧਰ ਅਤੇ ਬਸ ਵਿਖਾ ਦਾ ਜੀ ਲੈ ਆਓ। ਅਤੇ ਹਾਂਜੀ ਤੁਸੀਂ ਪਿੰਡ ਵੇਖ ਕੇ ਪਹਿਚਾਣ ਹੀ ਲਿਆ ਹੋਊਗਾ, ਕਿਤੇ ਨਹੀਂ ਵਾਈਫਾਈ ਲੱਗਾ, ਕਿਸੇ ਘਰ ਵੀ ਨਹੀਂ ਵਾਈਫਾਈ ਲੱਗਾ। ਤੇ ਮੈਂ ਇਹੀ ਸਲਾਹ ਕਰਨਾ ਚਾਹੁੰਦਾ ਵਾ ਤੁਹਾਡੇ ਨਾਲ ਵੀ ਜੋ ਕਿ ਮੈਨੂੰ ਇਸ ਪਿੰਡ ਦਾ ਸਰਪੰਚ ਬਣਾਇਆ ਜਾਵੇ ਤੇ ਮੈਂ ਘਰ ਘਰ ਵਾਈਫਾਈ ਲਵਾਵਾਂ। ਵਾਹ ਕਿਆ ਸੀਨ ਹੈ, ਵਾਹ ਕਿਆ ਸੀਨ ਹੈ, ਘਰ ਘਰ ਵਾਈਫਾਈ ਲਵਾਵਾਂ ਤੇ ਬਿੱਲ ਤੁਸੀਂ ਤਾਰੋਗੇ, ਬਿੱਲ ਤੁਸੀਂ ਤਾਰੋਗੇ ਤੇ ਬਕਵਾਸ ਨਹੀਂ ਕਰਨੀ ਵੀਡੀਓ ਕਹਿੰਦਾ ਯਾਰ। ਤੇ ਚਲੋ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਇਹ ਪਿੰਡ ਦੇ ਵਿੱਚ 5G ਨੈੱਟ ਆਇਆ ਵਾ ਤੇ ਹਰ ਘਰ ਦੇ ਵਿੱਚ ਵਾਈਫਾਈ ਜ਼ਰੂਰੀ ਆ, ਕਿਉਂਕਿ 4G ਨੈੱਟ ਨੂੰ ਕੀ ਸਮਝਦੇ ਨਹੀਂ ਕੁਛ, ਹੁਣ ਤੇ ਬਹੁਤ ਵੱਡੇ ਵੱਡੇ ਵਰਜਨ ਆਏ ਪਏ ਆ। ਤੇ ਇਸੇ ਕਰਕੇ ਮੈਂ ਕਹਿੰਦਾ ਵਾ ਵੀ ਘਰ ਘਰ ਵਾਈਫਾਈ ਲਵਾਇਆ ਜਾਵੇ ਤੇ ਉਹ ਮੈਨੂੰ ਸਰਪੰਚ ਬਣਾਇਆ ਜਾਵੇ ਤੇ ਉਹ ਮੈਂ ਹੀ ਲਵਾਵਾਂ। ਤੇ ਬਿੱਲ ਤੁਸੀਂ ਤਾਰੋਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਸਰਪੰਚ ਖਿਲਾਫ ਦਿਓ ਤੇ ਬਾਕੀ ਕੋਈ ਨੀ ਇਲੈਕਸ਼ਨ ਆ ਲੈਣੀਆਂ ਤੇ ਇੱਕ ਵਾਰੀ ਫੇਰ ਮਾੜਾ ਪਿੰਡ ਵਿਖਾ ਦਿਓ, ਬਸ ਵਿਖਾ ਦਿਓ ਕਰ ਦੋ ਬੰਦ। ਇੱਕ ਵਾਰੀ ਪਿੰਡ ਦੇਖ ਲਿਆ ਹੋਣਾ ਵਾ ਤੇ ਮੈਂ ਫੇਰ ਉਸੇ ਵੇ ਤੇ ਆਉਣ ਲੱਗਾ ਆ। ਇੱਧਰ ਆਓ ਮਾੜਾ ਭਾਜੀ, ਇੱਧਰ ਆਓ ਮਾੜਾ, ਉਹ ਮਾੜਾ ਟਾਵਰ ਪਾਓ, ਜੂਮ ਕਰ ਦਿਓ, ਜੂਮ ਕਰ ਦਿਓ ਹਾਂ। ਹਾਂਜੀ ਤੁਸੀਂ ਟਾਵਰ ਵੀ ਦੇਖ ਲੈਣੇ ਆ ਤੇ ਟਾਵਰ ਯਾਰ 3 ਪਿੰਡ ਆ ਹਜ਼ਾਰੇ 3 ਪਿੰਡ। ਤੁਹਾਨੂੰ ਹੁਣ ਮੈਂ ਉਹ ਡਰੋਨ ਨਾਲ ਬਣਾ ਕੇ ਦਿਖਾਊਂਗਾ, ਕਿਸੇ ਦਿਨ ਡਰੋਨ ਲਿਆਉਣਾ ਵਾ ਪਿੰਡ ਦਾ, ਡਰੋਨ ਬਣਾਊਂਗਾ। ਦੋ ਟਾਵਰ, ਇੱਕ ਤੇ ਵਿਚਾਰਾ ਛੋਟਾ ਜਿਹਾ ਹੋ ਗਿਆ ਵਾ, ਵੇਖੋ ਇੱਕ ਟਾਵਰ ਰੇਂਜ ਖਿੱਚ ਲਈ ਸਾਰਿਆਂ ਨੇ, ਸਮਝ ਰਹੇ ਹੋ ਨਾ ਆ ਦਿਖਾਇਆ ਮਾੜੇ, ਸਾਰਿਆਂ ਨੇ ਰੇਂਜ ਖਿੱਚ ਲਈ ਆ ਤੇ ਇੱਕ ਟਾਵਰ ਛੋਟਾ ਹੋ ਗਿਆ, ਠੀਕ ਆ। ਤੇ ਹੁਣ ਇਹ ਛੋਟਾ ਹੋ ਗਿਆ ਤੇ ਉਹ ਦੂਜਾ ਟਾਵਰ ਵੀ ਹੋਣ ਹੀ ਵਾਲਾ ਵਾ ਤੇ ਮੈਂ ਇਹੀ ਕਹਿੰਦਾ ਮੈਨੂੰ ਸਰਪੰਚ ਬਣਾਓ, ਤੁਹਾਡੀ ਜ਼ਿੰਦਗੀ ਬਣ ਜੂਗੀ ਲੋਕੋ, ਜ਼ਿੰਦਗੀ ਬਣੂਗੀ ਤੁਹਾਡੀ। ਮੈਂ ਵਾਈਫਾਈ ਲਵਾਉਂਗਾ ਯਾਰ, ਮੈਂ ਵਾਅਦਾ ਕਰਦਾ, ਇੱਕ ਮੌਕਾ ਦਿਓ, ਕੇਜਰੀਵਾਲ ਨੂੰ ਵੀ ਦਿੰਦੇ ਤੁਸੀਂ, ਹਾਥੀ ਵਾਲਿਆਂ ਨੂੰ ਵੀ ਦੇ ਦਿੰਦੇ, ਸਾਰਿਆਂ ਨੂੰ ਤੁਸੀਂ। ਤੇ ਗਾਇਸ ਬਕਵਾਸ ਕਰਦੇ ਸੀ ਤੇ ਮੈਂ ਕਹਿੰਦਾ ਮੈਨੂੰ ਗੱਲ ਭੁੱਲ ਗਈ, ਮੈਨੂੰ ਸਰਪੰਚ ਬਣਾਓ, ਇਸ ਪਿੰਡ ਦਾ ਸਰਪੰਚ ਬਣਾਓ, ਘਰ ਘਰ ਵਾਈਫਾਈ ਲਵਾਉਂਗਾ, ਇਹ ਮੈਂ ਵਾਅਦਾ ਪੱਕਾ ਕਰਦਾ, ਭਾਵੇਂ ਹੱਥ ਤੇ ਲਿਖਾੜੋ, ਬਾਕੀ ਗ੍ਰਾਂਟ ਨਹੀਂ ਤੁਹਾਨੂੰ ਮਿਲਣੀ ਹੈ, ਮੈਂ ਕਹਿੰਦਾ ਵਾ ਗਾਇਸ ਗੁੱਸਾ ਨਹੀਂ ਕਰਨਾ। ਤੇ ਮੈਂ ਇਹੋ ਕਹਿੰਦਾ ਵਾ ਕਿ ਤੁਸੀਂ ਮੈਨੂੰ ਸਰਪੰਚੀ ਦਵਾਓ ਆਖਾਂ ਇਸ ਸਾਲ ਨੂੰ ਤੇ ਮੈਂ ਚੁੱਪ ਤੁਹਾਡਾ ਸਰਪੰਚ ਬਣਾ ਤੇ ਹਰ ਸਹੂਲਤ ਤੁਹਾਡੀ ਪੂਰੀ ਕਰਾਂ, ਵਾਈਫਾਈ ਦਾ ਬਿੱਲ ਵੀ ਚੱਲ ਤਾਰ ਦੂੰਗਾ, ਠੀਕ ਆ, ਜੇ ਇੱਕ ਚੀਜ਼ ਤਾਰੂੰਗਾ ਵਾਈਫਾਈ ਜਾਂ ਬਿੱਲ। ਮੈਂਬਰ ਕਿੰਨੇ ਬਣਾਉਣਾ? ਤੇ ਮੈਂਬਰ ਹਾਂ ਉਹ ਵਿਸੇ ਇੰਟਰਵਿਊ ਵਾਲੇ ਕਹਿੰਦੇ ਮੈਂਬਰ ਕਿੰਨੇ ਬਣਾਉਣਾ, ਮੈਂਬਰ ਮੈਂ ਹੀ ਬਣੂੰਗਾ ਨਾ। ਲੈ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਉਹ ਗੁਰੂਆ ਮੈਂ ਇਕੱਲੇ ਨੇ ਕਰਨਾ ਸਾਰਾ ਕੁਝ ਤੇ ਇਸੇ ਵਜ੍ਹਾ ਨਾਲ ਮੈਂ ਕਹਿਣ ਡਿਆ ਵੀ ਮੈਨੂੰ ਬਣਾਓ ਤੇ ਮੈਂ ਆਪੇ ਸਾਰਾ ਕੁਝ ਕਰੂੰਗਾ। ਤੇ ਇਸ ਵਾਰ ਚ ਸਲੂਟ ਹੈ ਉਸਨੂੰ, ਥੈਂਕ ਯੂ, ਬਾਏ ਬਾਏ, ਤੇ ਤੁਸੀਂ ਬਣੇ ਰਹਿਣਾ ਅੱਜ ਤੱਕ ਤੇ
ਪਿੰਡ ਚ ਵਾਈਫਾਈ ਆਉਣ ਵਾਲੇ ਆ ਤੇ ਹੁਣ ਆਪਾਂ ਬਣਾਵਾਂਗੇ ਵਾਈਫਾਈ ਨਾਲ ਵਾਈਫਾਈ ਲਾਵਾਂਗੇ ਤੇ 4G ਨੈਟ ਨੂੰ ਪਰਾਂ ਕਰਾਂਗੇ ਤੇ 5G ਅਨਲਿਮਿਟਡ ਆਊਗਾ ਮੈਂ ਤੁਹਾਡਾ ਸਰਪੰਚ ਆ ਅੱਜ ਤੋਂ ਵੀਡੀਓ ਚ ਠੀਕ ਆ ਜੀ ਓਕੇ ਕੈਸਾ ਲਗਾ ਮੇਰਾ ਮਜ਼ਾਕ